ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤੇ ਸਮੂਹ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸੇ ਜਾਵੀ ਲਈ ਅਰਦਾਸਾਂ ਕੀਤੀਆਂ। ਗੁਰੂ ਸਾਹਿਬ ਦੀ ਕਿਰਪਾ ਤੇ ਸੰਗਤ ਦੀ ਅਰਦਾਸਾਂ ਸਦਕਾ ਸਿਹਤ ਬਿਲਕੁਲ ਹੁਣ ਤੰਦਰੁਸਤ ਹੈ। ਡਾਕਟਰਾਂ ਨੇ ਥੋੜੀ ਰੈਸਟ ਕਰਨ ਨੂੰ ਕਿਹਾ ਸੀ, ਇਸ ਕਰਕੇ ਆਪਾਂ ਸੰਗਤਾਂ ਦੇ ਵਿੱਚ ਹਾਜ਼ਰੀ ਨਹੀਂ ਭਰ ਸਕੇ। ਅਗਲੇ ਸਮਾਗਮਾਂ ਬਾਰੇ ਸੰਗਤ ਜਾਣਨਾ ਚਾਹੁੰਦੀ ਸੀ ਵੀ ਅੱਗੇ ਦਾ ਕੀ ਪ੍ਰੋਗਰਾਮ ਹੈ। ਸੋ ਪਹਿਲਾਂ ਤੇ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦੀ ਮੋਰਚਾ ਲੱਗਾ ਹੈ, ਜਿਹਦੀ ਖਾਤਰ ਆਪਾਂ ਬੰਦੀ ਛੋੜ ਖਾਲਸਾ ਬਹੀਰ ਵੀ ਸ਼ੁਰੂ ਕੀਤੀ ਸੀ, ਬੰਦੀ ਸਿੰਘਾਂ ਲਈ ਰਿਹਾਈ ਲਈ ਜਿਹੜਾ ਮੋਹਾਲੀ ਵਿਖੇ ਮੋਰਚਾ ਲੱਗਾ ਹੈ, ਮੋਹਾਲੀ ਚੰਡੀਗੜ੍ਹ ਦੇ ਬਾਰਡਰ ਦੇ ਉੱਤੇ, ਉਸ ਮੋਰਚੇ ਦੇ ਵਿੱਚ ਸ਼ਮੂਲੀਅਤ ਕਰਨ ਵਾਸਤੇ ਕਾਫੀ ਸੰਗਤਾਂ ਦੇ ਫੋਨ ਆਏ ਸੀ। ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ 29 ਜਨਵਰੀ ਦਿਨ ਐਤਵਾਰ ਨੂੰ ਅਸੀਂ ਇੱਥੋਂ ਕਾਫਲੇ ਦੇ ਰੂਪ ਦੇ ਵਿੱਚ ਮੋਹਾਲੀ ਨੂੰ ਜਾਣਾ ਹੈ ਅਤੇ ਉਸ ਮੋਰਚੇ 'ਚ ਹਾਜ਼ਰੀ ਭਰ ਕੇ ਮੋਰਚੇ ਦੀ ਚੜ੍ਹਦੀ ਕਲਾ ਦੀ ਅਰਦਾਸ ਉੱਥੇ ਮਹਾਰਾਜ ਦੀ ਕਿਰਪਾ ਦੇ ਨਾਲ ਕਰਨੀ ਹੈ। ਅਤੇ ਉਸ ਤੋਂ ਬਾਅਦ 'ਚ ਜਿਹੜੇ ਆ ਬਾਕੀ ਦੇ ਸਮਾਗਮ ਨੇ ਉਹ ਫਿਰ ਅੱਗੇ ਜਿਹੜਾ ਵਾ ਅਸੀਂ ਦੱਸ ਦਿਆਂਗੇ। ਜਿਹੜਾ ਇਹ ਜਾਣ ਦਾ ਰੂਟ ਹੈ ਇਹਦੇ ਬਾਰੇ ਜਥੇਬੰਦੀ ਜਿਹੜੀ ਹੈ ਉਹ ਦੱਸ ਦਊਗੀ ਵੀ ਕਿੱਥੇ ਕਿੱਥੇ ਸੰਗਤਾਂ ਨਾਲ ਇਹਦੇ ਕਾਫਲੇ ਦੇ ਜੁੜ ਸਕਦੀਆਂ ਨੇ ਅਤੇ ਅਖੀਰ ਨੂੰ ਆਪਾਂ ਮੋਹਾਲੀ ਪਹੁੰਚ ਕੇ ਜਿਹੜਾ ਹੈ ਉਹ ਸੰਗਤਾਂ ਨੂੰ ਸੰਬੋਧਨ ਕਰਾਂਗੇ ਅਤੇ ਬੰਦੀ ਸਿੰਘਾਂ ਦੀ ਚੜ੍ਹਦੀ ਕਲਾ ਲਈ, ਬੰਦੀ ਸਿੰਘਾਂ ਦੀ ਰਿਹਾਈ ਲਈ ਜਿਹੜੀ ਅਰਦਾਸ ਕਰਾਂਗੇ। ਸੋ ਇੰਨੀਆਂ ਕੁ ਬੇਨਤੀਆਂ ਕਰਨੀਆਂ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।